ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਰਤਨ ਦੇ ਵਿੱਚ ਜੀ, ਜਿੱਥੇ ਗੁਰਦੁਆਰਾ ਸਾਹਿਬ ਟਾਹਲੀ ਸਾਹਿਬ ਬਣਿਆ ਜੀ, ਪਾਤਸ਼ਾਹ ਜੀ ਦਸਵੀਂ ਜੀ। ਅਤੇ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਲੈ ਕੇ ਚੱਲਦੇ ਹਾਂ ਜੀ, ਅਤੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਦਿਖਾਉਂਦੇ ਹਾਂ ਜੀ ਤੁਹਾਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ। ਦੋਸਤੋ ਮੇਰੀ ਵੀਡੀਓ ਨੂੰ ਦੇਖਿਓ ਅਤੇ ਆਪਾਂ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਅੰਦਰ ਜੀ। ਚਲੋ ਗੁਰਦੁਆਰਾ ਸਾਹਿਬ ਜੀ ਦੇ ਹਾਂਜੀ ਦੋਸਤੋ, ਆਪਾਂ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਰਤਨ ਦੇ ਵਿੱਚ ਅੱਜ ਆਪਾਂ ਐਂਟਰੀ ਕਰ ਲਈ ਆ ਜੀ ਮੇਨ ਗੇਟ ਤੋਂ। ਅਤੇ ਵੀਡੀਓ ਨਾਲ ਦੋਸਤੋ ਬਣੇ ਰਹੋ ਜੀ, ਅੱਜ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਜੀ। ਲਓ ਜੀ ਆਪਾਂ ਦਰਬਾਰ ਸਾਹਿਬ ਦੇ ਵਿੱਚ ਚੱਲੇ ਹਾਂ ਜੀ, ਅਤੇ ਸਾਰੀਆਂ ਸੰਗਤਾਂ ਨੂੰ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਂਦੇ ਹਾਂ ਜੀ। ਲਓ ਜੀ ਆਪਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਹਾਂ ਜੀ। ਅਤੇ ਦਰਬਾਰ ਸਾਹਿਬ ਜੀ ਦਾ ਮੇਨ ਗੇਟ ਆ ਜੀ ਗੁਰਦੁਆਰਾ ਸਾਹਿਬ ਜੀ ਦਾ, ਜੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਜੀ, ਤੁਸੀਂ ਦੇਖ ਸਕਦੇ ਹੋ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਫੋਟੋ ਲੱਗੀ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਬਾਹਰ, ਤੁਸੀਂ ਦੇਖ ਸਕਦੇ ਹੋ ਜੀ। ਥੋੜ੍ਹਾ ਸ਼ਾਮ ਦਾ ਟਾਈਮ ਹੋ ਗਿਆ ਜੀ, ਲਾਈਟਾਂ ਔਨ ਹੋ ਗਈਆਂ ਨੇ ਗੁਰਦੁਆਰਾ ਸਾਹਿਬ ਜੀ ਦੀਆਂ। ਬਹੁਤ ਪਿਆਰਾ ਮੌਸਮ ਹੋਇਆ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ। ਅਤੇ ਦੋਸਤੋ ਇੱਧਰ ਗੁਰਦੁਆਰਾ ਸਾਹਿਬ ਜੀ ਦਾ ਜੋ ਮੈਂ ਤੁਹਾਨੂੰ ਦਿਖਾਉਣ ਲੱਗਿਆ ਜੀ, ਇਹ ਬੋਰਡ ਦੇ ਉੱਪਰ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਲੱਗਿਆ ਹੋਇਆ ਜੀ, ਲਿਖਿਆ ਹੋਇਆ ਵਾ। ਤੁਸੀਂ ਬੜੇ ਪਿਆਰ ਅਤੇ ਸਤਿਕਾਰ ਨਾਲ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਪੜ੍ਹ ਸਕਦੇ ਹੋ ਜੀ, ਸਕਰੀਨਸ਼ੋਟ ਲੈ ਕੇ ਤੁਸੀਂ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਪੜ੍ਹ ਸਕਦੇ ਹੋ ਜੀ। ਅਤੇ ਦਰਬਾਰ ਸਾਹਿਬ ਜੀ ਦੇ ਵਿੱਚ ਦੇਖੋ ਜੀ, ਛੋਟੇ ਛੋਟੇ ਬੱਚੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਕੀਰਤਨ ਕਰ ਰਹੇ ਆ ਜੀ। ਪਰਮਾਤਮਾ ਇਹਨਾਂ ਦੀਆਂ ਬੱਚਿਆਂ ਦੀਆਂ ਉਮਰਾਂ ਲੰਬੀਆਂ ਕਰੇ ਜੀ, ਦਿਨ ਦੁੱਗਣੀ ਰਾਤ ਚੌਗਣੀ ਬੱਚੇ ਤਰੱਕੀ ਕਰਨ, ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਜੀ। ਲਓ ਜੀ ਦੇਖੋ ਬੜੇ ਪਿਆਰ ਅਤੇ ਸਤਿਕਾਰ ਨਾਲ ਛੋਟੇ ਛੋਟੇ ਬੱਚੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਕੀਰਤਨ ਕਰ ਰਹੇ ਆ ਜੀ। ਦੇਖੋ ਜੀ ਕਿੰਨਾ ਪਿਆਰਾ ਲਾਈਟਿੰਗ ਦਾ ਕੰਮ ਹੋਇਆ ਹੋਇਆ ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਸਾਹਿਬ ਦੇ ਵਿੱਚ। ਦੇਖੋ ਤੁਸੀਂ ਦੇਖ ਸਕਦੇ ਹੋ ਜੀ, ਵੀਡੀਓ ਦੇ ਵਿੱਚ ਦਰਸ਼ਨ ਕਰੋ ਸੰਗਤੋ, ਵਾਹਿਗੁਰੂ ਜੀ ਦੇ ਮੈਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਜੀ। ਦੇਖੋ ਜੀ ਛੱਤ ਦੇ ਉੱਪਰ ਬਾਜ ਦੀ ਤਸਵੀਰ ਬਣੀ ਹੋਈ ਆ ਜੀ, ਤੁਸੀਂ ਦੇਖ ਸਕਦੇ ਹੋ। ਦੋਸਤੋ ਵੀਡੀਓ ਨਾਲ ਬਣੇ ਰਹੋ, ਆਪਾਂ ਤੁਹਾਨੂੰ ਉਸ ਇਤਿਹਾਸਿਕ ਟਾਹਲੀ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਜੀ। ਟਾਹਲੀ ਦੇ ਦਰਖਤ ਦੇ ਜੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਹੱਥੀਂ ਲਗਾਈ ਸੀਗੀ ਜੀ, ਜੋ ਉਸ ਟਾਹਲੀ ਦੇ ਵੀ ਆਪਾਂ ਦਰਸ਼ਨ ਤੁਹਾਨੂੰ ਕਰਵਾਉਣ ਲੱਗੇ ਹਾਂ ਜੀ। ਤੁਸੀਂ ਵੀਡੀਓ ਨਾਲ ਮੇਰੀ ਨਾਲ ਬਣੇ ਰਹੋ ਜੀ। ਇਹ ਗੁਰਦੁਆਰਾ ਟਾਹਲੀ ਸਾਹਿਬ ਜੀ ਆ ਜੀ ਪਿੰਡ ਰਤਨ ਦੇ ਵਿੱਚ ਬਣਿਆ ਹੋਇਆ ਜੀ, ਜ਼ਿਲ੍ਹਾ ਲੁਧਿਆਣਾ ਵਾ ਜੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਅਤੇ ਹੋਰ ਸਿੰਘਾਂ ਸਮੇਤ ਆਲਮਗੀਰ ਸਾਹਿਬ ਤੋਂ ਚਾਲੇ ਪਾ ਕੇ ਪਿੰਡ ਦੋਲੋਂ, ਜਿੱਥੇ ਕਿ ਹੁਣ ਗੁਰਦੁਆਰਾ ਫਲਾਈ ਸਾਹਿਬ ਹੈ ਜੀ, ਇੱਥੋਂ ਗੁਰੂ ਜੀ ਨੇ ਭਾਈ ਮਾਨ ਸਿੰਘ ਜੀ ਨੂੰ ਕਿਲ੍ਹਾ ਰਾਏਪੁਰ ਦੇ ਦੋ ਸਿੰਘਾਂ ਸਰਦਾਰਾਂ ਭਾਈ ਜੱਟੂ ਅਤੇ ਭਾਈ ਸਵਾਈ ਨੂੰ ਮਿਲਣ ਲਈ ਸੱਦਾ ਭੇਜਿਆ ਸੀਗਾ ਜੀ, ਪਰ ਉਹ ਆਏ ਨਹੀਂ ਸੀਗੇ ਜੀ ਗੁਰੂ ਸਾਹਿਬ ਜੀ ਨੂੰ ਮਿਲਣ। ਗੁਰੂ ਜੀ ਫਲਾਈ ਸਾਹਿਬ ਵਿੱਚ ਦੋਲੋਂ ਤੋਂ ਘੋੜੇ 'ਤੇ ਸਵਾਰ ਹੋ ਕੇ ਜੋ ਘੋੜਾ ਆਲਮਗੀਰ ਸਾਹਿਬ ਭਾਈ ਨਘਈਆ ਜੀ ਨੇ ਭੇਟ ਕੀਤਾ ਸੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਮਾਨ ਸਿੰਘ ਅਤੇ ਹੋਰ ਸਿੰਘਾਂ ਸਮੇਤ ਗੁਰਦੁਆਰਾ ਜੋ ਪੌੜ ਸਾਹਿਬ ਪਿੰਡ ਦੋਲੋਂ ਕਲਾਂ
ਤੇ ਤੋਂ ਹੁੰਦੇ ਹੋਏ ਜੀ ਪਿੰਡ ਰਤਨ, ਜਿੱਥੇ ਕਿ ਹੁਣ ਮੈਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਜੀ। ਇਸ ਜਗ੍ਹਾ ਤੇ ਪਿੰਡ ਰਤਨ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ ਜੀ। 1761 ਈਸਵੀ ਨੂੰ ਜੀ ਇੱਥੇ ਠਹਿਰੇ ਨੇ ਜੀ। ਦੇਖੋ ਜੀ ਛੋਟੇ ਛੋਟੇ ਬੱਚੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦੇਖੋ ਜੀ ਸਫਾਈ ਕਰ ਰਹੇ ਨੇ ਜੀ ਸਰੋਵਰ ਦੇ ਬਾਹਰੋਂ ਜੀ। ਪਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਜੀ, ਬੱਚਿਆਂ ਨੂੰ ਪੜ੍ਹਾਈਆਂ ਬਖਸ਼ੇ ਜੀ, ਹਮੇਸ਼ਾ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਨ ਜੀ। ਆਹ ਦੇਖੋ ਜੀ ਮੈਂ ਤੁਹਾਨੂੰ ਜੋ ਦਿਖਾ ਰਿਹਾ ਹਾਂ, ਗੁਰੂ ਸਾਹਿਬ ਜੀ ਨੇ ਇੱਥੇ ਟਾਹਲੀ ਆਪਣੇ ਹੱਥੀਂ ਲਗਾਈ ਸੀਗੀ ਜੀ, ਜੋ ਮੈਂ ਤੁਹਾਨੂੰ ਦਰਸ਼ਨ ਕਰਵਾਉਣ ਲੱਗੇ ਹਾਂ ਜੀ। ਇਸ ਜਗ੍ਹਾ ਦੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ, ਆਹ ਦੇਖੋ ਜੀ ਜੋ ਤੁਹਾਨੂੰ ਵੀਡੀਓ 'ਚ ਦਿਖਾ ਰਿਹਾ, ਇਹ ਟਾਹਲੀ ਆਪਣੇ ਹੱਥੀਂ ਲਗਾਈ ਸੀਗੀ ਜੀ। ਤੁਸੀਂ ਦੇਖ ਸਕਦੇ ਹੋ ਜੀ, ਟਾਹਲੀ ਸਾਹਿਬ ਦੇ ਦਰਸ਼ਨ ਕਰੋ ਜੀ। ਇਸੇ ਜਗ੍ਹਾ ਤੋਂ, ਇਸੇ ਟਾਹਲੀ ਸਾਹਿਬ ਜੀ ਤੋਂ ਗੁਰਦੁਆਰਾ ਸਾਹਿਬ ਜੀ ਦਾ ਨਾਮ ਟਾਹਲੀ ਸਾਹਿਬ ਪਿਆ ਹੋਇਆ ਜੀ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਜੀ, ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਥੇ ਆਪਣੇ ਹੱਥੀਂ ਲਗਾਈ ਸੀ ਇਹ ਟਾਹਲੀ ਜੀ। ਅਤੇ ਉਸ ਤੋਂ ਬਾਅਦ ਜੀ ਜਦੋਂ ਉਹਨਾਂ ਨੂੰ ਸੱਦਾ ਭੇਜਿਆ ਸੀਗਾ, ਉਹ ਆਏ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਜੀ ਕਿਲ੍ਹਾ ਰੈਪੁਰ ਦੇ। ਅਤੇ ਜਦੋਂ ਕਿਲ੍ਹਾ ਰੈਪੁਰ ਦੀਆਂ ਬੀਬੀਆਂ ਨੂੰ ਪਤਾ ਲੱਗਿਆ ਕਿ ਸਾਡੇ ਸਰਦਾਰ ਗੁਰੂ ਸਾਹਿਬ ਜੀ ਦੇ ਸੱਦੇ 'ਤੇ ਨਹੀਂ ਆਏ ਜੀ, ਤਾਂ ਬੀਬੀਆਂ ਨੇ ਸਰਦਾਰਾਂ ਨੂੰ ਲਾਹਨਤਾਂ ਪਾਈਆਂ। ਬੀਬੀਆਂ ਨੇ ਭੁੱਲ ਬਖਸ਼ਾਉਣ ਲਈ ਮਾਈ ਸੁਲੱਖਣੀ ਜੀ ਦੀ ਅਗਵਾਈ ਹੇਠ ਸ਼ਰਧਾ ਨਾਲ ਪ੍ਰਸ਼ਾਦਾ ਗੁਰੂ ਕਾ ਲੰਗਰ ਤਿਆਰ ਕਰਕੇ ਇਸ ਅਸਥਾਨ ਜਿੱਥੇ ਕਿ ਹੁਣ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਰਤਨ ਮੌਜੂਦ ਹੈ ਜੀ, ਇੱਥੇ ਪਹੁੰਚੀਆਂ ਜੀ ਬੀਬੀਆਂ ਪ੍ਰਸ਼ਾਦਾ ਲੈ ਕੇ ਜੀ। ਗੁਰੂ ਜੀ ਅੱਗੇ ਪ੍ਰਸ਼ਾਦਾ ਰੱਖ ਕੇ ਭੁੱਲ ਬਖਸ਼ਾਉਣ ਲੱਗੀਆਂ ਜੀ। ਗੁਰੂ ਜੀ ਨੇ ਪ੍ਰੇਮ ਨਾਲ ਬੀਬੀਆਂ ਨੂੰ ਬਿਠਾਇਆ ਅਤੇ ਉਹਨਾਂ ਕੋਲੋਂ ਪ੍ਰਸ਼ਾਦਾ ਲੰਗਰ ਛਕਿਆ ਜੀ। ਗੁਰੂ ਜੀ ਨੇ ਬੀਬੀਆਂ ਦੀ ਸ਼ਰਧਾ ਅਤੇ ਪ੍ਰੇਮ ਵੇਖ ਕੇ ਆਸ਼ੀਰਵਾਦ ਦਿੱਤਾ ਕਿ ਤੁਹਾਡੀਆਂ ਸਰਦਾਰੀਆਂ ਜੁਗੋ ਜੁਗ ਕਾਇਮ ਰਹਿਣਗੀਆਂ ਜੀ। ਗੁਰੂ ਜੀ ਨੇ ਜਦੋਂ ਇਸ ਜਗ੍ਹਾ ਤੋਂ ਅੱਗੇ ਜਾਣ ਦੀ ਤਿਆਰੀ ਕੀਤੀ ਤਾਂ ਪਿੰਡ ਰਤਨ ਅਤੇ ਇਲਾਕੇ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਇਸ ਜਗ੍ਹਾ ਨੂੰ ਕੋਈ ਯਾਦਗਾਰ ਬਖਸ਼ਿਸ਼ ਕਰੋ। ਗੁਰੂ ਜੀ ਨੇ ਖੁਸ਼ ਹੋ ਕੇ ਇੱਕ ਟਾਹਲੀ ਦੀ ਦਾਤਣ ਮੰਗਵਾਈ, ਜੋ ਮੈਂ ਪਹਿਲਾਂ ਤੁਹਾਨੂੰ ਵੀਡੀਓ 'ਚ ਦਿਖਾਇਆ ਜੀ। ਗੁਰੂ ਜੀ ਨੇ ਇੱਕ ਟਾਹਲੀ ਦੀ ਦਾਤਣ ਮੰਗਵਾਈ ਜੀ ਉਸ ਜਗ੍ਹਾ 'ਤੇ। ਅਤੇ ਉਸ ਤੋਂ ਬਾਅਦ ਪੰਜ ਰਗੜੇ ਮਾਰ ਕੇ ਇੱਥੇ ਗੱਡ ਦਿੱਤੀ ਜੀ ਗੁਰੂ ਜੀ ਨੇ, ਇਸ ਜਗ੍ਹਾ 'ਤੇ ਜੋ ਤੁਹਾਨੂੰ ਮੈਂ ਪਹਿਲਾਂ ਦਰਸ਼ਨ ਕਰਵਾਇਆ ਜੀ। ਗੁਰੂ ਜੀ ਦੀ ਬਖਸ਼ਿਸ਼ ਨਾਲ ਪ੍ਰਫੁੱਲਿਤ ਹੋ ਗਈ ਜੀ ਉਹ। ਸਮੇਂ ਅਨੁਸਾਰ ਜ਼ਾਲਮਾਂ ਨੇ ਇਸ ਟਾਹਲੀ ਨੂੰ ਪੁੱਟਣ ਦੀ ਬਹੁਤ ਕੋਸ਼ਿਸ਼ ਕੀਤੀ ਜੀ, ਪਰ ਉਹਨਾਂ ਨੂੰ ਇਸ ਦੀ ਜੜ ਨਾ ਲੱਭੀ। ਉਹ ਟਾਹਲੀ ਨੂੰ ਪੁੱਟਦੇ ਹੋਏ ਅੰਨੇ ਕੋਹੜੀ ਅਤੇ ਕਈ ਅਧਰੰਗ ਦਾ ਸ਼ਿਕਾਰ ਹੋ ਗਏ। ਉਹਨਾਂ ਦੇ ਸਰੀਰ ਫਿੱਟ ਗਏ ਅਤੇ ਕੁਝ ਸਮੇਂ ਮਗਰੋਂ ਮਰ ਵੀ ਗਏ। ਗੁਰੂ ਸਾਹਿਬ ਜੀ ਦੀ ਆਪਣੇ ਹੱਥੀਂ ਲਗਾਈ ਨਿਸ਼ਾਨੀ ਅੱਜ ਵੀ ਟਾਹਲੀ ਸਾਹਿਬ ਜੀ ਦੇ ਰੂਪ ਵਿੱਚ, ਜੋ ਕਿ ਹੁਣ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਜੋ ਮੈਂ ਤੁਹਾਨੂੰ ਦਿਖਾਈ ਹੈ ਜੀ, ਉਹ ਮੌਜੂਦ ਹੈ ਜੀ। ਤੁਸੀਂ ਦਰਸ਼ਨ ਕਰਨ ਇਸ ਗੁਰਦੁਆਰਾ ਸਾਹਿਬ ਜੀ ਦੇ ਆ ਸਕਦੇ ਹੋ ਜੀ, ਅਤੇ ਉਸ ਟਾਹਲੀ ਦੇ ਦਰਸ਼ਨ ਵੀ ਤੁਸੀਂ ਕਰ ਸਕਦੇ ਹੋ ਅਤੇ ਆਪਣਾ ਜੀਵਨ ਸਫਲਾ ਕਰ ਸਕਦੇ ਹੋ ਜੀ। ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦਰਸ਼ਨ ਕਰਨ ਸੰਗਤੋਂ ਜ਼ਰੂਰ ਆਇਓ ਜੀ। ਇਸ ਅਸਥਾਨ 'ਤੇ ਗੁਰੂ ਜੀ ਨੇ ਵਿਸ਼ਰਾਮ ਕੀਤਾ। ਉੱਥੇ ਇੱਕ ਛੱਪੜੀ ਸੀ ਜਿਸ ਦਾ ਪਾਣੀ ਬਹੁਤ ਠੰਡਾ ਅਤੇ ਸਾਫ਼ ਸੀ, ਜੋ ਕਦੇ ਵੀ ਨਹੀਂ ਸੁੱਕਦੀ ਸੀ। ਗੁਰੂ ਜੀ ਨੇ ਇਸ ਛੱਪੜੀ ਵਿੱਚ ਇਸ਼ਨਾਨ ਕੀਤਾ ਅਤੇ ਵਰ ਦਿੱਤਾ, ਜਿਹੜਾ ਵੀ ਇਸ ਛੱਪੜੀ ਵਿੱਚ ਇਸ਼ਨਾਨ ਕਰੇਗਾ ਉਸਦੇ ਸਾਰੇ ਰੋਗ ਕੱਟੇ ਜਾਣਗੇ ਅਤੇ ਮਨੋਕਾਮਨਾ ਪੂਰੀਆਂ ਹੋਣਗੀਆਂ ਜੀ।
ਇਸ ਜਗ੍ਹਾ ਹੁਣ ਬੌਲੀ ਸਾਹਿਬ ਮੌਜੂਦ ਹੈ ਜੀ। ਇਸ ਬੌਲੀ ਸਾਹਿਬ ਸਰੋਵਰ ਵਿੱਚ ਜੋ ਵੀ ਰੋਗੀ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ ਜੀ, ਉਸਦੇ ਰੋਗ ਨਸ਼ਟ ਹੋ ਜਾਂਦੇ ਹਨ। ਅੱਜ ਵੀ ਸੰਗਤਾਂ ਇਸ ਅਸਥਾਨ 'ਤੇ ਹਾਜ਼ਰੀਆਂ ਭਰ ਕੇ ਸੇਵਾ ਅਤੇ ਸਿਮਰਨ ਕਰਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਜੀ। ਗੁਰੂ ਗੋਬਿੰਦ ਸਿੰਘ ਜੀ ਦੇ ਇਸ ਅਸਥਾਨ 'ਤੇ ਆਉਣ 'ਤੇ ਸੰਬੰਧ ਵਿੱਚ ਸਾਲਾਨਾ ਜੋੜ ਮੇਲਾ ਵੀ ਲੱਗਦਾ ਜੀ। ਗੁਰਦੁਆਰਾ ਟਾਲੀਆਣਾ ਸਾਹਿਬ ਜੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਜੀ, ਇਸ ਜਗ੍ਹਾ 'ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਉਣ ਦੇ ਕਰਕੇ ਇੱਕ ਸਾਲਾਨਾ ਜੋੜ ਮੇਲਾ ਵੀ ਲੱਗਦਾ ਜੀ। ਮੈਂ ਤੁਹਾਨੂੰ ਦੁਬਾਰਾ ਦੱਸਿਆ ਜੀ, ਜਿਹੜਾ ਕਿ 15, 16 ਅਤੇ 17 ਪੋਹ ਨੂੰ ਮਨਾਇਆ ਜਾਂਦਾ ਜੀ। 15, 16 ਅਤੇ 17 ਪੋਹ ਨੂੰ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇੱਕ ਜੋੜ ਮੇਲਾ ਮਨਾਇਆ ਜਾਂਦਾ ਜੀ। ਸੰਗਤੋਂ ਤੁਸੀਂ ਬੜੇ ਪਿਆਰ ਅਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੇ, ਪਰਮਾਤਮਾ ਕਰੇ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਣ ਜੀ। ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਮੈਂ ਬਾਹਰੋਂ ਦਰਸ਼ਨ ਕਰਵਾ ਰਿਹਾ ਜੀ। ਦੇਖੋ ਸ਼ਾਮ ਦਾ ਵੇਲਾ ਹੋ ਗਿਆ ਜੀ, ਵਾਹਿਗੁਰੂ ਦੇ ਘਰ ਦੇਖੋ ਜੀ ਕਿੰਨਾ ਵਧੀਆ ਮੌਸਮ ਹੋਇਆ ਪਿਆ ਜੀ। ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਸੂਰਜ ਛਿਪਣ ਵਾਲਾ ਜੀ, ਤੁਹਾਨੂੰ ਵਿੱਚ ਦੀ ਮੈਂ ਦਿਖਾ ਰਿਹਾ ਬੂਟਿਆਂ ਦੇ, ਸੂਰਜ ਛਿਪਣ 'ਤੇ ਆਇਆ ਹੋਇਆ ਜੀ। ਲੇਕਿਨ ਮੌਸਮ ਬਹੁਤ ਵਧੀਆ ਹੋ ਗਿਆ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ, ਦੇਖ ਸਕਦੇ ਹੋ ਜੀ ਪੰਛੀ ਵੀ ਕਿੱਦਾਂ ਘੁੰਮ ਰਹੇ ਨੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਜੀ ਬੜੇ ਪਿਆਰ ਅਤੇ ਸਤਿਕਾਰ ਨਾਲ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ। ਲਓ ਜੀ ਦੇਖੋ ਦੋਸਤੋ, ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦਰਸ਼ਨ ਕਰਨ ਜ਼ਰੂਰ ਆਇਓ ਜੀ ਅਤੇ ਆਪਣਾ ਜੀਵਨ ਸਫਲਾ ਕਰਿਓ। ਇਹ ਗੁਰਦੁਆਰਾ ਸਾਹਿਬ ਪਿੰਡ ਰਤਨ ਦੇ ਵਿੱਚ ਜੋਧਾਂ ਤੋਂ ਰਸਤਾ ਜਾਂਦਾ ਜੀ, ਜੋ ਕਿ 1-2 ਕਿਲੋਮੀਟਰ ਦੀ ਦੂਰੀ 'ਤੇ ਹੈ ਜੀ। ਸੱਜੇ ਹੱਥ ਮੁੜ ਕੇ ਪਿੰਡ ਰਤਨ ਦੇ ਵਿੱਚ ਜੀ, ਜ਼ਿਲ੍ਹਾ ਲੁਧਿਆਣਾ ਜੀ। ਮਿਲਦੇ ਆ ਹੁਣ ਤੁਹਾਨੂੰ ਅਗਲੇ ਵਲੌਗ 'ਚ। ਹੈਲੋ ਹਾਂਜੀ ਦੋਸਤੋ, ਆਪਾਂ ਅੱਜ ਪਹੁੰਚੇ ਸੀਗੇ ਪਿੰਡ ਰਤਨ ਦੇ ਵਿੱਚ ਜੀ, ਅਤੇ ਜਿੱਥੇ ਆਪਾਂ ਟਾਲੀ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਵਾਏ ਜੀ ਵਾਹਿਗੁਰੂ ਜੀ ਦੇ। ਕੱਲ੍ਹ ਆਪਾਂ ਮਿਲਦੇ ਹਾਂ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਲੈ ਕੇ, ਇੱਦਾਂ ਹੀ ਇਤਿਹਾਸਿਕ ਗੁਰਦੁਆਰੇ ਦੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਜੀ। ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ, ਤਾਂ ਕਿ ਜੋ ਮੈਂ ਤੁਹਾਨੂੰ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਗੁਰਦੁਆਰਾ ਸਾਹਿਬ ਜੀ ਦੀਆਂ ਲੈ ਕੇ ਆ ਸਕਾਂ ਜੀ।